ਮੈਂ ਕਿਹਾ ਜੀ ਮੈਂ 500 ਕਰੋੜ ਰੁਪਇਆ ਦਾਂਗਾ ਆਪਣੀ ਕੰਪਨੀ ਵੱਲੋਂ ਜੇ ਅਸੀਂ ਸੁਰਜੀਤ ਪਾਤਰ ਆਰਟ ਸੈਂਟਰ ਬਣਾ ਸਕਦੇ ਲੁਧਿਆਣੇ। ਉਹਨਾਂ ਕਿਹਾ ਹਾਂ ਚੋਣ ਜ਼ਾਬਤਾ ਲੱਗਿਆ ਹੋਇਆ, ਲੇਕਿਨ ਜਿੱਦਾਂ ਹੀ ਚੋਣ ਜ਼ਾਬਤਾ ਖਤਮ ਹੋਏਗਾ ਮੈਂ ਇਹ ਕੰਮ ਤੁਹਾਡਾ ਪੂਰਾ ਕਰਾਂਗਾ, ਬਾਕੀ ਤੁਸੀਂ ਤਾਂ ਆਪੇ ਦੇਖਣਾ। ਝੋਨੇ ਦਾ ਸੀਜ਼ਨ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਅਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ। ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ, 5-6 ਹਜ਼ਾਰ ਦਾ ਡੀਜ਼ਲ ਅਸੀਂ 1 ਏਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ। ਸੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6 ਹਜ਼ਾਰ ਰੁਪਏ ਬੱਚਤ ਹੋ ਗਈ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ, ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ, ਤਹਿਸੀਲ ਖਮਾਣਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ, ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਹੈ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ, ਇਸ ਵਾਰ ਆਇਆ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ। ਫਸਲਾਂ ਦੀ ਸਿੰਚਾਈ ਲਈ 14,103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਉਹਨਾਂ ਦੇ ਬਹੁਤ ਸਾਰੇ ਮੈਸੇਜ ਆਏ, ਉਹਨਾਂ ਨੇ ਬਹੁਤ ਸਾਨੂੰ ਉਡੀਕਿਆ ਔਰ ਉਸ ਉਡੀਕ ਦੇ ਨਾਲ ਉਮੀਦ ਵੀ ਰੱਖੀ ਅਤੇ ਅਸੀਂ ਆਏ ਵੀ। ਜੇ ਮਲਿਆਲਮ ਦੀ ਫਿਲਮ ਸਿਟੀ 100 ਕਰੋੜ ਦੀ ਫਿਲਮ ਬਣਾ ਸਕਦੀ ਹੈ, ਜੇ ਮਲਿਆਲਮ ਦਾ ਇੱਕ ਐਕਟਰ 200 ਕਰੋੜ ਰੁਪਇਆ ਲੈ ਸਕਦਾ, ਤੇਲਗੂ ਦਾ ਐਕਟਰ ਲੈ ਸਕਦਾ, ਉਹਨਾਂ ਦਾ ਸਿਨੇਮਾ ਬਾਹੂਬਲੀ ਵਰਗੀਆਂ ਫਿਲਮਾਂ ਬਣਾ ਸਕਦਾ, ਅਤੇ ਸਾਡੇ ਕੋਲ ਤਾਂ ਕੈਰੇਕਟਰ ਹੀ ਬਹੁਤ ਵੱਡੇ ਨੇ। ਕੈਰੇਕਟਰ ਨੇ ਹਰੂ ਸਿੰਘ ਨਲਵੇ ਵਰਗ, ਹੈ ਨਾ, ਸਾਡੇ ਕੋਲ ਵੀ ਤਾਂ ਬਹੁਤ ਸਾਰੇ ਹੀਰੋਜ਼ ਨੇ ਪੰਜਾਬ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ, ਮੈਂ ਹਾਂ ਨੀਰੂ ਬਿਜਲਵਾਨ। ਕਲਾ ਦੇ ਖੇਤਰ ਦੇ ਵਿਚਕਾਰ ਬਹੁਤ ਸਾਰੀ ਅਜਿਹੀ ਪਰਸਨੈਲਿਟੀਜ਼ ਹੁੰਦੀਆਂ, ਅਸੀਂ ਅਮੂਮਨ ਸੋਚਦੇ ਨੇ ਕਿ ਇਹਨਾਂ ਦਾ ਕਲਾ ਦੇ ਨਾਲ ਰਾਬਤਾ ਕਿਵੇਂ ਪਿਆ, ਮੇਲ ਕਿੱਦਾਂ ਹੋਇਆ। ਇੱਕ ਅਜਿਹੀ ਬਿਜ਼ਨਸ ਪਰਸਨੈਲਿਟੀ ਨੇ ਜੋ ਚੰਡੀਗੜ੍ਹ ਤੋਂ ਨੇ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀ ਚਾਹੁੰਦੇ ਨੇ ਕਿ ਮੈਂ ਵੀ ਸੁਰਜੀਤ ਪਾਤਰ ਦੇ ਵਾਂਗੂ, ਜੇ ਮਰਹੂਮ ਸੁਰਜੀਤ ਪਾਤਰ ਵਾਂਗੂ ਜਾਣਿਆ ਜਾਵਾਂ। ਸਰ, ਜਦ ਆਪਾਂ ਗੱਲ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਹੋਣਗੇ, ਤੁਸੀਂ ਜਾਣਦੇ ਹੋਣਗੇ, ਬੜੇ ਸਾਰੇ ਵਿਦੇਸ਼ਾਂ ਦੇ ਵਿਚਕਾਰ ਹੋਣਗੇ ਜੋ ਨਹੀਂ ਜਾਣਦੇ ਹੋਣਗੇ, ਵੈਸੇ ਤਾਂ ਤੁਹਾਨੂੰ ਜਾਣਦੇ ਹੀ ਹੋਣਗੇ, ਲੇਕਿਨ ਜਦ ਆਪਾਂ ਗੱਲ ਕਰਦੇ ਹਾਂ ਸੁਰਜੀਤ ਪਾਤਰ ਸਾਹਿਬ ਦੀ, ਮਰਹੂਮ ਸੁਰਜੀਤ ਪਾਤਰ ਦੀ, ਉਹਨਾਂ ਦੀ ਹਰ ਚੀਜ਼ ਹਰ ਗੱਲ ਦੇ ਵਿਚਕਾਰ ਪੰਜਾਬ ਦਿਸਦਾ ਸੀਗਾ, ਪੰਜਾਬ ਵਸਦਾ ਸੀਗਾ। ਨੀਰੂ ਜੀ, ਦੂਰ ਜੇਕਰ ਅਜੇ ਸਵੇਰਾ ਹੈ, ਇਸ ਕਾਫੀ ਕਸੂਰ ਮੇਰਾ ਹੈ। ਮੈਂ ਤਾਂ ਬਹੁਤ ਦੇਰ ਹੀ ਸੋਚਦਾ, 1980 ਦੇ ਵਿੱਚ ਨੌਰਥ ਨੈਸ਼ਨਲ ਸਕੂਲ ਡਰਾਮਾ ਤੋਂ ਪਾਸ ਆਊਟ ਹੋਏ, ਥੀਏਟਰ ਕੀਤਾ ਪੰਜਾਬ 'ਚ, ਭੁੱਖ ਨਾਲ ਬੜੀ ਬੜੀ ਲੜਾਈ ਕੀਤੀ ਔਰ ਪ੍ਰੋਫੈਸ਼ਨਲ ਥੀਏਟਰ ਕੀਤਾ, ਟਿਕਟਾਂ ਵੇਚ ਕੇ ਥੀਏਟਰ ਕੀਤਾ, ਇਹ ਨਹੀਂ ਕਾਰਡ ਵੰਡ ਕੇ ਕੀਤਾ, ਔਰ 5,000-5,000 ਦੇ ਹਜੂਮ ਲਈ ਥੀਏਟਰ ਕੀਤਾ। 8-10 ਸਾਲ ਉਹ ਪਿੰਡੇ 'ਤੇ ਹਟਾਇਆ, ਫਿਰ ਇੱਕ ਅਪਰਚੁਨਿਟੀ ਮਿਲੀ ਜਦੋਂ ਪੰਜਾਬ ਦੇ ਵਿੱਚ ਨੌਰਥ ਜ਼ੋਨ ਕਲਚਰ ਸੈਂਟਰ ਦਾ ਪਟਿਆਲੇ ਸੈਂਟਰ ਆਇਆ। ਮੈਨੂੰ ਉਹਦੇ ਲਈ ਪਹਿਲਾ ਡਾਇਰੈਕਟਰ ਪ੍ਰੋਗਰਾਮ ਚੁਣਿਆ ਗਿਆ ਅਤੇ ਮੈਂ ਕੰਮ ਕੀਤਾ। ਉਹ ਕੰਮ ਦੇ ਵਿੱਚ ਜਿਹੜੇ ਅਸੀਂ ਮਾਰਕੇ ਮਾਰੇ ਸੀ, ਲੋਕ ਸਮਝਦੇ ਇੱਦਾਂ
ਜਿਹੜੇ ਅਸੀਂ ਉਦੋਂ ਕੰਮ ਕੀਤੇ ਸੀ ਉਹ ਹਾਲੇ ਤੱਕ ਲੋਕਾਂ ਨੇ ਯਾਦ ਨਹੀਂ। ਪਰ ਅਸੀਂ ਕਿਉਂਕਿ ਸਾਰੀ ਉਮਰ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ, ਮੈਂ ਚਾਹੁੰਦਾ ਸੀ ਕਿ ਇੱਥੋਂ ਨਿਕਲ ਜਾਵਾਂ, ਆਪਣੇ ਦੂਜੇ ਕੰਮ ਕਰਾਂ। ਫਿਰ ਮੈਂ ਬਹੁਤ ਬੱਚਿਆਂ ਦਾ ਥੀਏਟਰ ਕੀਤਾ, ਵਰਕਸ਼ਾਪਸ ਕੀਤੀਆਂ, ਇਕੱਲੀਆਂ ਇੱਥੇ ਨਹੀਂ ਕੀਤੀਆਂ, ਇੱਥੋਂ ਬਾਹਰ ਸਟੇਟਾਂ 'ਚ ਵੀ ਕੀਤੀਆਂ, ਵਿਦੇਸ਼ਾਂ 'ਚ ਵੀ ਕੀਤੀਆਂ। ਕਿਉਂਕਿ ਮੈਂ ਇਕੱਲਾ ਪੰਜਾਬੀ ਪੋਇਟ ਨਹੀਂ ਸੀ, ਮੇਰੀ ਸਿਰਫ ਪੰਜਾਬੀ ਦੇ ਨਾਲ ਰਾਬਤਾ ਨਹੀਂ ਸੀ, ਮੈਂ ਤਾਂ ਹਿੰਦੀ ਥੀਏਟਰ ਵੀ ਕਰਦਾ ਸੀ, ਮੈਂ ਇੰਗਲਿਸ਼ ਥੀਏਟਰ ਵੀ ਬੱਚਿਆਂ ਨਾਲ ਕਰਦਾ ਸੀ। ਸੋ ਇਸ ਲਈ ਮੈਨੂੰ ਪੰਜਾਬ ਤੋਂ ਬਾਹਰ ਵੀ ਜਾਣਾ ਪੈਂਦਾ ਸੀ। ਸੋ ਜਿਹੜਾ ਰੋਟੀ ਟੁੱਕ ਮੈਨੂੰ ਬਾਹਰ ਵੀ ਲੈ ਗਿਆ ਔਰ ਬਾਹਰ ਜਾ ਕੇ ਬਹੁਤ ਕੰਮ ਕੀਤਾ, ਲੇਕਿਨ ਵਾਪਸ ਮੋੜ ਲਿਆਇਆ ਪਾਤਰ। ਪਾਤਰ ਇਸ ਲਈ ਮੋੜ ਲਿਆਇਆ ਕਿਉਂਕਿ ਪਾਤਰ ਨਾਲ 50 ਸਾਲ ਦੀ ਦੋਸਤੀ ਹੈ ਅਤੇ ਮੈਂ ਇਮੋਸ਼ਨਲ ਹੋ ਕੇ ਉਹਦੇ ਭੋਗ 'ਤੇ ਸਾਰਾ ਪੰਜਾਬ ਬੈਠਾ ਸੀ। ਸਾਰਾ ਪੰਜਾਬ ਦੀ ਹਾਜ਼ਰੀ ਵਿੱਚ, CM ਸਾਹਿਬ ਦੀ ਹਾਜ਼ਰੀ 'ਚ ਮੈਂ ਕਿਹਾ ਜੀ ਮੈਂ 500 ਕਰੋੜ ਰੁਪਇਆ ਦਾਂਗਾ ਆਪਣੀ ਕੰਪਨੀ ਵੱਲੋਂ ਜੇ ਅਸੀਂ ਸੁਰਜੀਤ ਪਾਤਰ ਆਰਟ ਸੈਂਟਰ ਬਣਾ ਸਕੀਏ ਲੁਧਿਆਣੇ ਵਿੱਚ। ਤਾਂ ਉਹਨਾਂ ਨੇ ਉੱਥੇ ਕਮਿਟ ਵੀ ਕੀਤਾ, ਉਹਨਾਂ ਨੇ ਕਿਹਾ ਹਾਂ ਚੋਣ ਜ਼ਾਬਤਾ ਲੱਗਿਆ ਹੋਇਆ ਲੇਕਿਨ ਜਿੱਦਾਂ ਹੀ ਚੋਣ ਜ਼ਾਬਤਾ ਖਤਮ ਹੋਏਗਾ ਮੈਂ ਇਹ ਕੰਮ ਤੁਹਾਡਾ ਪੂਰਾ ਕਰਾਂਗਾ, ਬਾਕੀ ਤੁਸੀਂ ਤਾਂ ਆਪੇ ਦੇਖਣਾ। ਸੀਐਮ ਸਾਹਿਬ ਨਾਲ ਕਿਉਂਕਿ ਉਸ ਟਾਈਮ 'ਤੇ ਚੋਣ ਜ਼ਾਬਤਾ ਲੱਗੀ ਸੀਗੀ, ਬਹੁਤ ਸਾਰੀ ਚੀਜ਼ਾਂ ਚੱਲ ਰਹੀ ਸੀ, ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਹੋਈ, ਇਸ ਗੱਲ ਨੂੰ ਅੱਗੇ ਤੋਰਨ ਲਈ ਕੁਛ ਬਣਿਆ? ਉਹਨਾਂ ਦੇ ਬਹੁਤ ਸਾਰੇ ਮੈਸੇਜ ਆਏ, ਉਹਨਾਂ ਨੇ ਬਹੁਤ ਸਾਨੂੰ ਉਡੀਕਿਆ ਔਰ ਉਸ ਉਡੀਕ ਦੇ ਨਾਲ ਉਮੀਦ ਵੀ ਰੱਖੀ ਅਤੇ ਅਸੀਂ ਆਏ ਵੀ ਔਰ ਉਹਨਾਂ ਨੇ ਇਹ ਸਾਡਾ ਸੁਪਨਾ ਜਿਹੜਾ ਹੈ ਸਾਡੇ ਸਾਰਿਆਂ ਦਾ ਇਕੱਠਾ, ਸਾਰੇ ਪੰਜਾਬੀਆਂ ਦਾ, ਕਿ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਸੁਰਜੀਤ ਪਾਤਰ ਆਰਟ ਸੈਂਟਰ ਅਤੇ ਉਹਨਾਂ ਦਾ ਆਪਣਾ ਸੁਪਨਾ ਸੁਰਜੀਤ ਆਪਣਾ ਭਗਵੰਤ ਮਾਨ ਜੀ ਦਾ ਕਿ ਇੱਕ ਫਿਲਮ ਸਿਟੀ ਬਣ ਸਕੇ। ਜੇ ਮਲਿਆਲਮ ਦੀ ਫਿਲਮ ਸਿਟੀ 100 ਕਰੋੜ ਦੀ ਫਿਲਮ ਬਣਾ ਸਕਦੀ ਹੈ, ਜੇ ਮਲਿਆਲਮ ਦਾ ਇੱਕ ਐਕਟਰ 200 ਕਰੋੜ ਰੁਪਇਆ ਲੈ ਸਕਦਾ, ਤੇਲਗੂ ਦਾ ਐਕਟਰ ਲੈ ਸਕਦਾ, ਉਹਨਾਂ ਦਾ ਸਿਨੇਮਾ ਬਾਹੂਬਲੀ ਵਰਗੀਆਂ ਫਿਲਮਾਂ ਬਣਾ ਸਕਦਾ, ਅਤੇ ਸਾਡੇ ਕੋਲ ਤਾਂ ਕੈਰੈਕਟਰ ਹੀ ਬਹੁਤ ਵੱਡੇ ਨੇ। ਕੈਰੈਕਟਰ ਨੇ ਹਰੂ ਸਿੰਘ ਨਲਵੇ ਵਰਗੇ, ਹੈ ਨਾ, ਸਾਡੇ ਕੋਲ ਵੀ ਤਾਂ ਬਹੁਤ ਸਾਰੇ ਹੀਰੋਜ਼ ਨੇ ਪੰਜਾਬ ਦੇ। ਸਾਡੇ ਕੋਲ ਸੁੱਚਾ ਸੁਰਮਾ ਹੁਣ ਫਿਲਮ ਆ ਰਹੀ ਹੈ, ਅੱਛੀ ਫਿਲਮ ਹੋਏਗੀ ਸ਼ਾਇਦ, ਮੈਂ ਦੇਖੀ ਨਹੀਂ, ਲੇਕਿਨ ਸਾਡੇ ਕੋਲ ਬਹੁਤ ਸਾਰੇ ਐਸੇ ਕੈਰੈਕਟਰਸ ਨੇ, ਸਾਡੀ ਫਿਲਮ ਇੰਡਸਟਰੀ ਜਿਹੜੀ ਹੈ ਜਿਹੜੀ ਸਾਰੀ ਦੁਨੀਆਂ 'ਚ ਪਹੁੰਚਦੀ ਹੈ। ਫਿਲਮਾਂ ਦੀ ਆਪਾਂ ਜ਼ਿਕਰ ਕਰਨ ਲੱਗ ਪਏ ਅਤੇ ਮੈਨੂੰ 1985 ਯਾਦ ਆ ਗਿਆ, ਦਿਲਜੀਤ ਦੋਸਾਂ ਦੀ ਭਾਈ ਆਪਣੇ ਖਾਲਰਾ ਜੀ 'ਤੇ ਉਸਦੇ ਬਣੀ ਆਧਾਰ 'ਤੇ ਹੈਗੀ ਹੈ, 120 ਕੱਟ ਲੱਗੇ ਹੈਗੇ ਆ, ਨਾਮ ਬਦਲਣ ਦੀ ਗੱਲ ਕੀਤੀ ਗਈ ਹੈ, ਫਿਲਮ ਦੇ ਵਿਚਕਾਰ ਵੀ ਜੇ ਓਰੀਜਨਲ ਨੇਮ ਹੈ ਉਸਨੂੰ ਕੱਟਣ ਦੀ ਗੱਲ ਕੀਤੀ ਗਈ ਹੈ ਅਤੇ ਬੜੀ ਥਾਵਾਂ ਦੇ ਨਾਂ ਕੱਟਣ ਦੀ ਗੱਲ ਕੀਤੀ ਗਈ ਹੈ, ਇਸ ਵਿਚਕਾਰ ਅਸੀਂ ਇੱਕ ਗੱਲ ਸਮਝਣਾ ਚਾਹਾਂਗੇ ਕਿਉਂਕਿ ਜਦ ਫਿਲਮ ਇੰਡਸਟਰੀ ਦੇ ਵਿਚਕਾਰ ਕੁਛ ਲੋਕ ਹੁੰਦੇ ਜੋ ਉਸਦੇ ਮੈਂਬਰ ਬਣਦੇ ਨੇ ਕਮੇਟੀ ਦੇ, ਇਹਨਾਂ ਦੇ ਵਿਚਕਾਰ ਹੁਣ ਗੱਲ ਇਹ ਆ ਜਾਂਦੀ ਹੈ ਕਿ ਇੱਕ ਪਾਸੇ ਕੰਗਨਾ ਦੀ ਐਮਰਜੈਂਸੀ ਫਿਲਮ ਦੀ ਗੱਲ ਹੋ ਰਹੀ ਹੈ, ਇੱਕ ਪਾਸੇ 1985 ਦੀ ਗੱਲ ਹੋ ਰਹੀ ਹੈ, ਅਤੇ ਦੋਨੋਂ ਦੇ ਵਿਚਕਾਰ ਜੇ ਹੈ ਟਾਰਗੇਟ ਕੀਤਾ ਜਾ ਰਿਹਾ ਕਿ ਪੋਲੀਟੀਕਲ ਪਾਰਟੀਜ਼ ਜੇ ਨੇ ਇਹਨਾਂ ਫਿਲਮਾਂ ਦੇ ਉੱਤੇ ਅਸਰ ਪਾਉਣ ਦੇ ਲਈ, ਰੋਕ ਲਾਉਣ ਦੇ ਲਈ ਇਹ ਕੱਟ ਲਗਵਾ ਰਹੀਆਂ ਨੇ, ਕਿੰਨਾ ਕਰੇ ਸੱਚ ਹੁੰਦਾ? ਕਿਉਂਕਿ ਬਹੁਤ ਸਾਰੇ ਲੋਕ ਇਸ ਵੇਲੇ ਦੇਖ ਰਹੇ ਹੋਣਗੇ, ਉਹ ਵੀ ਜਾਣਨਾ ਚਾਹਣਗੇ ਕਿ ਆਖਿਰ ਸੱਚ ਕੀ ਹੈ। ਦੇਖੋ ਜਿਹੜੀ ਫਿਲਮ ਹੈ ਨਾ ਉਹ ਇੱਕ ਬਹੁਤ ਸਾਰੇ ਪੈਸੇ ਨਾਲ ਜੁੜੀ ਹੋਈ ਕਲਾਵਿਧ ਹੈ ਔਰ ਬੜੀ ਇੰਪੈਕਟਫੁੱਲ ਹੈ, ਉਹਦਾ ਅਸਰ ਬਹੁਤ ਹੈ। ਅਤੇ ਫਿਲਮ ਕਈ ਤਰ੍ਹਾਂ ਦੀ ਬਣਾਈ ਜਾਂਦੀ, ਮੈਂ ਤਾਂ ਸਿਨੇਮੇ ਨੂੰ ਸਿਰਫ ਸਿਨੇਮਾ ਕਹਾਂਗਾ, ਕੋਈ ਪੈਰਲਲ ਸਿਨੇਮਾ ਨਹੀਂ, ਕੋਈ ਆਰਟ ਥੀਏਟਰ ਨਹੀਂ, ਕੋਈ ਕਮਰਸ਼ੀਅਲ ਥੀਏਟਰ ਨਹੀਂ, ਹਰ ਸਿਨੇਮਾ ਸਿਨੇਮਾ ਹੁੰਦਾ। ਹਾਂ ਹੁਣ ਆਡੀਅੰਸ ਉਹਦੇ ਵਿੱਚੋਂ ਕੀ ਮਜ਼ਾ ਲੈਂਦੀ ਹੈ, ਕੀ ਆਡੀਅੰਸ ਨੂੰ ਉਹ 'ਚੋਂ ਕੀ ਅਨੁਭੂਤੀ ਹੁੰਦੀ ਹੈ, ਕੀ ਉਹਨਾਂ ਨੇ ਕੀ ਪਕੜ ਰੱਖਦੀ ਫਿਲਮ, ਕਿ ਫਿਲਮ ਚੱਲਦੀ ਹੈ, ਐਂਟਰਟੇਨਮੈਂਟ ਪੱਖ ਹੋ ਸਕਦਾ, ਇੱਕ ਮੈਸੇਜ ਹੋ ਸਕਦਾ। ਫਿਰ ਜਿੱਦਾਂ ਹੁਣ ਮੀਡੀਆ ਨੂੰ ਜਾਂ ਫਿਲਮਾਂ ਨੂੰ ਜਾਂ ਕਲਾ ਕ੍ਰਿਤੀਆਂ ਨੂੰ ਸਾਰੀ ਦੁਨੀਆ ਸਾਰੀਆਂ ਸਰਕਾਰਾਂ ਯੂਜ਼ ਕਰਦੀਆਂ, ਇਸ ਤਰ੍ਹਾਂ ਫਿਲਮ ਵੀ ਉਹਦਾ ਸ਼ਿਕਾਰ ਹੋਈ ਹੈ, ਕੁਛ ਫਿਲਮਾਂ ਹੋਈਆਂ ਨੇ
ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਸ਼ਮੀਰ ਫਾਈਲਸ ਵਾਲੀ ਫਿਲਮ ਸੀ ਜਿਹਦੇ ਸਿਰਫ ਇੱਕ ਪਾਸੇ ਦਾ ਦਿਖਾਇਆ ਗਿਆ, ਕਿਉਂਕਿ ਮੇਰਾ ਮੈਂ ਡਾਕੂਮੈਂਟਰੀ ਨਾਲ ਜੁੜਿਆ ਹਾਂ, ਮੈਂ ਆਪਣੇ ਕਰੀਅਰ 'ਚ 40 ਤੋਂ ਬਾਅਦ ਡਾਕੂਮੈਂਟਰੀਜ਼ ਕੀਤੀਆਂ ਨੇ, ਕਸ਼ਮੀਰ 'ਚ ਵੀ ਕੀਤੀਆਂ ਨੇ, ਟੈਰਰਿਜ਼ਮ ਦੇ ਜ਼ਮਾਨੇ 'ਚ ਵੀ ਕੀਤੀਆਂ ਨੇ, ਮੈਂ ਉੱਧਰਲਾ ਪਾਸਾ ਵੀ ਜਾਣਦਾ। ਲੇਕਿਨ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਤੁਸੀਂ ਚਰਚਾ ਕਰ ਰਹੇ ਉਸਦੇ ਵਿਚਕਾਰ ਇੱਕ ਹੋਰ ਚੀਜ਼ ਸਾਹਮਣੇ ਆਈ ਸੀਗੀ, ਜੇ ਪੰਡਿਤ ਪਰਿਵਾਰਾਂ ਦੇ ਨਾਲ ਉੱਥੇ ਹੋਇਆ ਕਸ਼ਮੀਰ ਦੇ ਵਿਚਕਾਰ, ਜਿਸ ਢੰਗ ਦੇ ਨਾਲ ਉਹਨਾਂ ਨੂੰ ਆਪਣੇ ਘਰ ਪਰਿਵਾਰ ਛੱਡ ਕੇ ਆਉਣੇ ਪਏ, ਉਹ ਤ੍ਰਾਸਦੀ ਵੀ ਇੱਕ ਵੱਡੀ ਤ੍ਰਾਸਦੀ ਹੈਗੀ, ਕਿਉਂਕਿ ਸਾਡੇ ਵੱਖ ਵੱਖ ਭਾਵਾਂ ਦੇ ਵਿਚਕਾਰ ਨਾ ਬਹੁਤ ਸਾਰੀ ਅਜਿਹੇ ਇਸ਼ੂਜ਼ ਨੇ ਜੋ ਸ਼ਾਇਦ ਕਈ ਵਾਰ ਬੋਲਦੇ ਸੈਂਸਿਟਿਵ ਇਸ਼ੂਜ਼ ਨੇ, ਇਹਨਾਂ ਦੇ ਉੱਤੇ ਗੱਲਬਾਤ ਨਾ ਕੀਤੀ ਜਾਵੇ। ਪੰਜਾਬ ਵੀ ਉਹਨਾਂ ਵਿੱਚੋਂ ਇੱਕ ਹੈ ਜਿੱਥੇ ਕਹਿੰਦੇ ਨੇ ਕਿ ਕੁਛ ਮੁੱਦਿਆਂ ਦੇ ਉੱਤੇ ਨਹੀਂ ਗੱਲਬਾਤ ਕਰਨੀ ਚਾਹੀਦੀ ਹੈ, ਮਸਲਾ ਖਰਾਬ ਹੋ ਸਕਦਾ, ਮਾਮਲਾ ਖਰਾਬ ਹੋ ਸਕਦਾ, ਵਿਵਾਦ ਹੋ ਸਕਦਾ। ਪਤਾ ਨਹੀਂ ਕਿਹੜੇ ਕਿਹੜੇ ਉਹ ਸੋਚਾਂ ਸੀਗੀਆਂ ਜਿਹੜੀਆਂ ਸਮਝਦੀਆਂ, ਕਿਹੜੀਆਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਉੜਤਾ ਪੰਜਾਬ ਵਰਗੀਆਂ ਫਿਲਮ ਦੇ ਪਿੱਛੇ ਸੀ। ਠੀਕ ਹੈ, ਪੰਜਾਬ ਦੇ ਵਿੱਚ ਨਸ਼ਾ ਬਹੁਤ ਘਾਣ ਕਰ ਚੁੱਕਾ ਸਾਡਾ, ਲੇਕਿਨ ਸਾਰਾ ਪੰਜਾਬ ਨਸ਼ਾਈ ਨਹੀਂ ਹੈ, ਬਹੁਤ ਉਮੀਦ ਬਾਕੀ ਹੈ ਹਲੇ। ਲੇਕਿਨ ਉਸ ਵੇਲੇ ਉੜਤਾ ਪੰਜਾਬ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ, ਉਸ ਵੇਲੇ ਜਦ ਤੱਕ ਫਿਲਮ ਰਿਲੀਜ਼ ਹੋਈ ਤਾਂ ਉਸ ਵੇਲੇ ਕਿਉਂ ਨਹੀਂ ਗੱਲ ਹੋਈ? ਇਹ ਤਾਂ ਉਸਨੇ ਦੇਖਣਾ ਨਾ ਜਿਹੜਾ ਉਹਦੇ ਪਿੱਛੇ ਹੈ, ਜਿਹੜਾ ਸੈਂਸਰ ਬੋਰਡ ਹੈ ਸਾਡੇ ਕੋਲ। ਸੈਂਸਰ ਬੋਰਡ ਤੁਸੀਂ ਕਹਿ ਰਹੇ ਹੋ, ਇੱਕ ਢੰਗ ਦੇ ਨਾਲ ਕਹਿ ਰਹੇ ਹੋ, ਪੋਲੀਟੀਕਲ ਮੋਟੀਵੇਟਡ ਹੁੰਦਾ? ਦੇਖੋ ਉਹ ਉਹਦੇ ਵਿੱਚ ਆਰਟਿਸਟ ਲੋਕ ਹੁੰਦੇ ਨੇ, ਤਾਂ ਫਿਰ ਐਮਰਜੈਂਸੀ ਨੂੰ ਵੀ ਤਾਂ ਕੱਟ ਲਾਏ ਗਏ ਨੇ, ਸ਼ਾਇਦ ਉਹ ਸਰਦਾ ਬਣਾਉਣ ਵਾਲੇ ਆਪ ਹੀ ਰੋਕਣਾ ਚਾਹੁੰਦੇ ਹੋਣ। ਫਿਲਮਾਂ ਨੂੰ ਲੈ ਕੇ ਜੇ ਲੋਕ ਵਿਵਾਦਿਤ ਬਿਆਨ ਕਰਦੇ, ਕਿਉਂਕਿ ਕੰਗਣਾ ਦੇ ਬਿਆਨ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ, ਭਾਵੇਂ ਕਿਸਾਨਾਂ ਨੂੰ ਲੈ ਕੇ ਹੋਣ, ਭਾਵੇਂ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਹੋਣ, ਭਾਵੇਂ ਰਾਹੁਲ ਗਾਂਧੀ ਨੂੰ ਲੈ ਕੇ ਹੋਣ, ਇਹ ਜੇ ਬਿਆਨ ਨੇ, ਕਿਉਂਕਿ ਉਹ ਆਪਣੇ ਆਪ ਨੂੰ ਇੱਕ ਸਟਰੋਂਗ ਪਰਸਨੈਲਿਟੀ ਦੱਸਦੀ ਹੈਗੀਆਂ ਨੇ ਬਾਲੀਵੁੱਡ ਦੇ ਵਿਚਕਾਰ ਵੀ ਅਤੇ ਪੋਲੀਟੀਕਲ ਦੇ ਵਿਚਕਾਰ, ਹਜੇ ਉਹਦੀ ਸ਼ੁਰੂਆਤ ਹੋਈ, ਆਈ ਥਿੰਕ ਜਿਹਨੇ ਸਾਊਥ ਦੀ ਫਿਲਮ ਕੀਤੀ ਹੈਗੀ ਪੋਲੀਟੀਕਲ, ਉਸ ਤੋਂ ਬਾਅਦ ਉਹਦਾ ਦਿਲ ਜੇ ਹੈ ਇਸ ਵੱਲ ਝੁੱਕਿਆ ਹੈਗਾ ਕਿ ਮੈਂ ਵੀ ਇਸ ਦੇ ਵਿਚਕਾਰ ਜਾਵਾਂ, ਸਿਆਸਤ ਦੇ ਵਿਚਕਾਰ ਜਾਵਾਂ, ਤੁਸੀਂ ਪੂਰੀ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਦੇਖੋ, ਮੈਂ ਕੰਗਣਾ ਨੂੰ ਪਰਸਨਲੀ ਬਹੁਤ ਚੰਗੀ ਤਰ੍ਹਾਂ ਜਾਣਦਾ, ਓਪਰਚੁਨਿਟੀ ਸਭ ਨੂੰ ਅਵੇਲ ਕਰਨੀ ਚਾਹੀਦੀ, ਕਿਸੇ ਕੋਲ ਇੱਕ ਫਿਲਮ ਬਣਾਉਣ ਦਾ ਮਨ ਕਰਦਾ, ਕਿਸੇ ਨੂੰ ਉਹਨੇ ਮਨੀ ਕਰਨ ਕਰਿਆ ਵੀ ਫਿਲਮ ਬਣਾਈ ਸੀ, ਰਾਣੀ ਝਾਂਸੀ ਦੀ ਇੱਕ ਸਟੋਰੀ ਸੀ, ਉਹਦੇ ਪਿੱਛੇ ਕੋਈ ਸੋਚ ਨਹੀਂ ਸੀ, ਸਿਰਫ ਰਾਣੀ ਝਾਂਸੀ ਸੀ। ਜੇ ਹੁਣ ਉਹਨੇ ਐਮਰਜੈਂਸੀ ਬਣਾਈ ਹੈ, ਉਹਦੇ ਵਿੱਚ ਇੰਦਰਾ ਗਾਂਧੀ ਜੀ ਦਾ ਉਹਨੇ ਕੈਰੈਕਟਰ ਕੀਤਾ ਹੈ, ਹੋ ਸਕਦਾ ਖੁਦ ਹੀ ਉਹ ਸੋਚਦੇ ਹੋਣੇ, ਤਾਂ ਉਹਦੇ ਪਿੱਛੇ ਕੋਈ ਸੋਚ ਨਾ ਹੀ ਹੋਵੇ, ਉਹਦੇ ਪਿੱਛੇ ਕੋਈ ਸ਼ਕਤੀ ਨਾ ਹੀ ਹੋਵੇ, ਸ਼ਾਇਦ ਜਿਹੜੀ ਸ਼ਕਤੀ ਉਹਦੇ ਪਿੱਛੇ ਸੀ ਸ਼ਾਇਦ ਉਹ ਹੀ ਨਹੀਂ ਚਾਹੁੰਦੇ ਕਿ ਹੁਣ ਉਹ ਫਿਲਮ ਮਨ ਜਾ ਸਕੇ ਰਿਲੀਜ਼ ਹੋ ਸਕੇ। ਉਸਦੀ ਫਿਲਮ ਦੇ ਵਿਚਕਾਰ ਤਾਂ ਹਿਸਟੋਰੀਅਨਸ ਵੀ ਕੰਮ ਕਰ ਰਹੇ ਨੇ, ਕਿਉਂਕਿ ਜੋ ਪੂਰਾ ਸਕ੍ਰਿਪਟ ਤਿਆਰ ਕੀਤੀ ਗਈ ਹੈ ਉਸਦੇ ਵਿਚਕਾਰ ਹਿਸਟੋਰੀਅਨਸ ਵੀ ਨੇ, ਅਤੇ ਭਾਈ ਜਸਵੰਤ ਸਿੰਘ ਖਾਲੜ ਦੀ ਜੋ ਸਟੋਰੀ ਬਣਾਈ ਗਈ ਹੋਣੀ ਹੈ, ਰਾਈਟਰ ਨੇ ਵੀ ਪੂਰੇ ਹਿਸਟੋਰੀਅਨਸ ਦਾ ਪੂਰਾ ਰੱਖਿਆ ਹੋਣਾ, ਲੇਕਿਨ ਅਜਿਹੇ ਕਿਹੜੀ ਚੀਜ਼ਾਂ ਨੇ ਕਿ ਕਹਿੰਦੇ ਨੇ ਬਾਹਰ ਆਈ ਤਾਂ ਖਰਾਬ ਹੋ ਸਕਦਾ ਮਾਹੌਲ? ਆਪਾਂ ਇਸ ਮਸਲੇ ਤਾਂ ਨਾ ਜਾਈਏ, ਅਸੀਂ ਇਹ ਕਹੀਏ ਕਿ ਪੋਲੀਟੀਕਲ ਮੋਟੀਵੇਟਡ ਹੁੰਦਾ ਹੈ ਸੈਂਸਰ ਬੋਰਡ ਕਿ ਨਹੀਂ? ਦੇਖੋ, ਮੈਂ ਸੈਂਸਰ ਬੋਰਡ ਦਾ ਮੈਂਬਰ ਕਦੇ ਵੀ ਨਹੀਂ ਰਿਹਾ, ਇੱਕ ਦੋ ਵਾਰੀ ਆਫਰਸ ਆਈਆਂ, ਮੈਂ ਕਦੇ ਵੀ ਨਹੀਂ ਬਣਿਆ, ਕਿਉਂਕਿ ਮੈਨੂੰ ਪਤਾ ਸੀ ਮੈਨੂੰ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ, ਅਤੇ ਮੈਂ ਇਹਦੇ ਬਾਰੇ ਬਹੁਤ ਜ਼ਿਆਦਾ ਨਹੀਂ ਕੁਛ ਕਹਿ ਸਕਦਾ, ਪਰ ਹਾਂ ਥੋੜ੍ਹਾ ਬਹੁਤ ਟਿਲਟ ਤਾਂ ਹੁੰਦਾ, ਉਹ ਸਮੇਂ ਦੀਆਂ ਸਰਕਾਰਾਂ ਪ੍ਰਭਾਵ ਤੱਕ ਛੱਡਦੀਆਂ ਹੀ ਆਪਣਾ, ਪਰ ਜੇ ਕੋਈ ਕੁਝ ਲੋਕ ਨੇ ਮੰਨ ਲੈਂਦੇ ਨੇ, ਕੁਝ ਲੋਕ ਅੜੀਅਲ ਹੁੰਦੇ ਨੇ, ਉੜੇ ਰਹਿੰਦੇ ਨੇ।
ਹੁਣ ਉਹ ਅੜਨ ਵਾਲੇ ਨੇ ਕਿ ਛੱਡੋ ਪੰਜਾਬ ਦੇ ਵੱਲ ਆਉਂਦੇ ਤੇ ਗੱਲ ਕਰਦੇ ਨੇ ਆਪਣੇ ਮਰਹੂਮ ਸੁਰਜੀਤ ਪਾਤਰ ਦੇ ਉੱਤੇ ਜੇ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਨਾਂ ਦੇ ਉੱਤੇ ਫਿਲਮ ਸਿਟੀ ਬਣੇਗੀ ਤਾਂ ਇਹ ਫਿਲਮ ਸਿਟੀ ਦੀ ਸ਼ੁਰੂਆਤ ਸ਼ੁਭ ਮੁਹੂਰਤ ਕਦ ਤੱਕ ਹੋ ਸਕਦਾ ਹੈ, ਕਿੰਨਾ ਕੁ ਕੰਮ ਹੈ, ਜਗ੍ਹਾ ਜ਼ਮੀਨ ਜੇ ਹੈ ਫਾਈਨਲ ਕਰ ਲਈ ਗਈ ਹੈ? ਦੇਖੋ ਅਸੀਂ ਪੰਜਾਬ ਦੇ ਸੂਝਵਾਨ ਜਿਹੜੇ ਸੀ ਐਮ ਨੇ, ਕਿਉਂਕਿ ਉਹ ਕਲਾ ਨਾਲ ਜੁੜੇ ਹੋਏ ਨੇ ਔਰ ਇੱਕ ਬਹੁਤ ਵੱਡੇ ਆਰਟਿਸਟ ਨੇ ਔਰ ਰਾਜਨੀਤੀ ਵੀ ਉਹਨਾਂ ਦਾ ਇੱਕ ਪੈਸ਼ਨ ਹੈ, ਦੋਨੋਂ ਪਾਸੇ ਉਹ ਦੇਖਦੇ ਨੇ। ਤਾਂ ਸੁਰਜੀਤ ਪਾਤਰ ਜੀ ਦੇ ਭੋਗ ਦੇ ਉੱਤੇ ਜਿੱਥੇ ਸਾਰਾ ਪੰਜਾਬ ਆਇਆ ਹੋਇਆ ਸੀ, ਉਹਨਾਂ ਦੀ ਹਜ਼ੂਰੀ ਵਿੱਚ, ਉਹਨਾਂ ਦੇ ਹਾਜ਼ਰੀ 'ਚ ਮੈਂ ਇਹ ਉਹਨਾਂ ਤੋਂ ਰਿਕੁਐਸਟ ਕੀਤੀ ਸੀ ਇਮੋਸ਼ਨਲ ਹੋ ਕੇ ਕਿ ਮੈਂ ਆਪਣੀ ਕੰਪਨੀ ਵੱਲੋਂ 500 ਕਰੋੜ ਰੁਪਇਆ ਸੁਰਜੀਤ ਪਾਤਰ ਆਰਟ ਸੈਂਟਰ ਔਰ ਫਿਲਮ ਸਿਟੀ ਵਾਸਤੇ ਖਰਚਣ ਨੂੰ ਤਿਆਰ ਹਾਂ, ਤੁਸੀਂ ਸਿਰਫ ਜਗ੍ਹਾ ਦੇ ਦਿਓ, ਸਰਕਾਰ ਦਾ ਕੰਮ ਹੈ ਕਿਤੇ ਜਗ੍ਹਾ ਦੇ ਦੇਵੇ। ਤਾਂ ਅਸੀਂ ਇੱਕ ਐਸਾ ਸੈਂਟਰ ਉਲੀਕਣਾ ਚਾਹੁੰਦੇ ਹਾਂ, ਬਣਾਉਣਾ ਚਾਹੁੰਦੇ ਹਾਂ, ਜਿਹੜਾ ਕਿ ਦਿੱਲੀ ਦਾ ਹੈਬੀਟੈਟ ਸੈਂਟਰ ਹੋਏ ਜਾਂ ਨੀਤਾ ਅੰਬਾਨੀ ਸੈਂਟਰ ਆਫ ਆਰਟਸ ਜਿਹੜਾ ਬੰਬੇ ਬਣਿਆ, ਉੱਦਾਂ ਦਾ ਇੱਕ ਵਧੀਆ ਸੈਂਟਰ, ਕਿਉਂਕਿ ਇਨਫਰਾਸਟ੍ਰਕਚਰ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਇਹ ਕਲਾਕਾਰ ਨਹੀਂ ਬਣਾ ਸਕਦੇ। ਅਤੇ ਮੈਨੂੰ ਇਹ ਗੱਲ ਕਹਿੰਦੇ ਹੋਏ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਦੋਂ ਵੀ ਅਸੀਂ ਸੀ ਐੱਮ ਸਾਹਿਬ ਨਾਲ ਮਿਲੇ ਹਾਂ, ਪਹਿਲਾਂ ਮੈਂ ਇਹ ਅਹੁਦਾ ਲੈਣ ਲਈ ਤਿਆਰ ਨਹੀਂ ਸੀ ਕਿ ਸੰਗੀਤ ਨਾਟਕ ਅਕੈਡਮੀ 'ਚ ਮੈਂ ਇੱਕ ਪੱਕਾ ਅਹੁਦਾ ਲੈ ਲਾ, ਕਿਉਂਕਿ ਮੈਂ ਬੱਚਿਆਂ ਨੂੰ ਵੀ ਦੇਖਣਾ ਅਤੇ ਆਪਣੇ ਬਿਜ਼ਨਸ ਨੂੰ ਵੀ ਦੇਖਣਾ। ਲੇਕਿਨ ਫਿਰ ਉਹਨਾਂ ਦੇ ਥੋੜ੍ਹੇ ਪ੍ਰੋਤਸਾਹਨ ਨਾਲ ਉਹਨਾਂ ਨੇ ਮੈਨੂੰ ਇਹ ਮੋਟੀਵੇਟ ਕੀਤਾ ਕਿ ਨਹੀਂ ਨਹੀਂ ਤੁਹਾਡੀ ਹੁਣ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੇ ਵਿੱਚ ਆ ਕੇ ਕੰਮ ਕਰਨ ਦੀ, ਅਤੇ ਸਾਰੀ ਟੀਮ ਨੂੰ ਇਹ ਕਿਹਾ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਛੇਤੀ ਤੋਂ ਛੇਤੀ ਇਸ ਚੀਜ਼ ਦਾ ਫੈਸਲਾ ਕਰਾਂਗੇ, ਕਿਉਂਕਿ ਮੈਂ ਕਮਿਟਿਡ ਹਾਂ, ਮੈਂ ਕਮਿਟ ਕੀਤਾ ਸੀ ਸਾਰੇ ਪੰਜਾਬ ਦੇ ਸਾਹਮਣੇ ਕਿ ਇਹ ਕੰਮ ਅਸੀਂ ਕਰਨਾ ਹੈ। ਉਹਨਾਂ ਦੀ ਆਪਣੀ ਸੋਚ ਵੀ ਇਹ ਹੈ ਕਿ ਕੋਈ ਫਿਲਮ ਸਿਟੀ ਬਣਾਉਣਾ ਚਾਹੁੰਦੇ ਹੈ ਜਿੱਥੇ ਪੰਜਾਬ ਦੀ ਇੱਕ ਵਧੀਆ ਫਿਲਮਾਂ ਬਣਨ, ਪੰਜਾਬ ਦੇ ਨਵੇਂ ਬੱਚਿਆਂ ਨੂੰ ਇੱਕ ਨਵੀਂ ਸੇਧ ਮਿਲੇਗੀ, ਤਾਂ ਉਹ ਮੇਰਾ ਖਿਆਲ ਸਪਨਾ ਛੇਤੀ ਪੂਰਾ ਹੋਏਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸੀਐਮ ਸਾਹਿਬ ਨੇ ਇੱਕ ਵੱਡੀ ਅਨਾਊਂਸਮੈਂਟ ਕੀਤੀ ਸੀ, ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਜੇ ਫਿਲਮ ਸਿਟੀ ਹੈ ਜੋ ਮਰਹੂਮ ਸੁਰਜੀਤ ਪਾਤਰ ਦੇ ਨਾਂ ਦੇ ਉੱਤੇ ਬਣਨ ਜਾ ਰਹੀ ਹੈ, ਇਸ ਦੇ ਲਈ ਜੇ ਸ਼ੁਭ ਮੁਹੂਰਤ ਕਿਸ ਦਿਨ ਨਿਕਲਦਾ, ਥਾਂ ਕਿਹੜੀ ਹੋਏਗੀ, ਕਿੰਨੇ ਏਕੜ ਦੀ ਹੋਏਗੀ, ਇਹ ਤਾਂ ਵਕਤ ਹੀ ਦੱਸੇਗਾ। ਕੈਮਰਾਮੈਨ ਗਣੇਸ਼ ਦੇ ਨਾਲ ਨੀਰੂ ਪਜਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।